ਬੜੀ ਰਾਗ ਦੇ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਮਹਾਰਾਜ ਕਿਉਂਕਿ ਛੰਤ ਬਖਸ਼ਿਸ਼ ਕਰ ਰਹੇ ਨੇ, ਇਸ ਕਰਕੇ ਛੰਤਾਂ ਵਿੱਚ ਰਹਾਓ ਦੀ ਪੰਗਤੀ ਨਹੀਂ ਹੁੰਦੀ, ਬਾਕੀ ਸਾਰੇ ਥਾਵਾਂ 'ਤੇ ਰਹਾਓ ਦੀ ਪੰਗਤੀ ਆਉਂਦੀ। ਇਹਦੀਆਂ ਪਹਿਲੀਆਂ ਪੰਗਤੀਆਂ ਹੀ ਰਹਾਓ ਦੀਆਂ ਹਨ। ਮੰਨੋ ਕਿ ਪ੍ਰਯੋਜਨ ਹੀ ਇਹੀ ਹੈ। ਗੌੜੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਕਾਮਣ ਹਰ ਰਸ ਬੇਦੀ ਜੀਓ, ਹਰ ਕੈ ਸਹਿਜ ਸੁਭਾਏ। ਸਹਿਜ ਸੁਭਾਏ ਹੁੰਦਾ ਸੋਤੇ ਸਿੱਧੀ, ਸੁਭਾਵਕ ਵਾਹਿਗੁਰੂ ਦੇ ਸ੍ਰੇਸ਼ਟ ਬਹੁਤੇ ਪ੍ਰੇਮ ਕਰਕੇ ਜੀਵ ਰੂਪ ਇਸਤਰੀ ਹਰੀ ਨਾਮ ਰਸ ਵਿੱਚ ਬੇਦੀ ਹੁੰਦੀ ਹੈ, ਬਿੰਨੀ ਗਈ, ਜਿਵੇਂ ਬਿੰਨਿਆ ਜਾਂਦਾ ਕੋਈ ਭਮਰਾ ਕਮਲ ਦੇ ਫੁੱਲ ਵਿੱਚ, ਇਸੇ ਤਰ੍ਹਾਂ ਹੀ ਇਹ ਬਿੰਨਿਆ ਗਿਆ, ਤਦਾਕਾਰ ਹੋ ਗਿਆ, ਰਾਚ ਮਿਚ ਗਿਆ, ਜਿਵੇਂ ਕੱਪੜੇ ਦੇ ਇਕੱਲੇ ਇਕੱਲੇ ਧਾਗੇ ਨੂੰ ਰੰਗ ਚੜ੍ਹ ਜਾਂਦਾ, ਇਸੇ ਤਰ੍ਹਾਂ ਇਹ ਵੀ ਪ੍ਰੇਮ ਰੰਗ ਵਿੱਚ ਰੰਗਿਆ ਗਿਆ, ਨਾਮ ਦੇ ਰੰਗ ਵਿੱਚ ਰੰਗਿਆ ਗਿਆ। ਮਨ ਮੋਹਨ ਮੋਹ ਲੀਆ ਜੀਓ, ਦੁਬਿਧਾ ਸਹਿਜ ਸਮਾਏ। ਸਹਿਜੇ ਹੀ ਹੁਣ ਦੁਬਿਧਾ ਦੇ ਸਮਾਏ ਤੋਂ ਭਾਵ ਹੁੰਦਾ ਸਮਾਪਤ ਹੋਣ ਕਰਕੇ, ਉਹ ਵਿੱਚ ਹੀ ਸਮਾ ਗਈ ਜਿੱਥੋਂ ਉੱਠੀ ਸੀ। ਦੁਬਿਧਾ ਆਪਣੇ ਮਨ ਵਿੱਚ ਉੱਠਦੀ, ਜਿਵੇਂ ਸਮੁੰਦਰ 'ਚੋਂ ਲਹਿਰਾਂ ਉੱਠ ਕੇ ਵਿੱਚ ਹੀ ਸਮਾ ਜਾਂਦੀਆਂ। ਹੁਣ ਸਹਿਜੇ ਹੀ ਦੁਬਿਧਾ ਦੇ ਅਭਾਵ ਹੋਣ ਕਰਕੇ ਮੋਹਨ ਜੋ ਪਰਮਾਤਮਾ ਹੈ, ਪਰਮਾਤਮਾ ਨੇ ਮੇਰੇ ਮਨ ਨੂੰ ਮੋਹ ਲਿਆ। ਹੁਣ ਉਹਨੂੰ ਵੀ ਪਤਾ ਲੱਗ ਗਿਆ ਕਿ ਇਹਨੇ ਇੱਕ ਮਨ ਬਣਾ ਲਿਆ ਆਪਣਾ। ਜਦੋਂ ਤੱਕ ਮੇਰੇ ਅੰਦਰ ਦੋ ਚਿੱਤੀ ਸੀ, ਉਦੋਂ ਤੱਕ ਮੋਹਨ ਨੇ ਮੈਨੂੰ ਪਸੰਦ ਨਹੀਂ ਕੀਤਾ। ਹੁਣ ਮੈਂ ਵੀ ਉਹਦੇ ਵੱਲ ਹੀ ਹੋ ਕੇ ਖੜ ਗਿਆ। ਅਬ ਹਮ ਚਲੀ ਠਾਕੁਰ ਪਹਿਹਾਰ, ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਉਹ ਹੈ ਢਾਰ। ਜਦੋਂ ਅਸੀਂ ਇੱਕ ਪਾਸਾ ਕਰ ਲਿਆ ਉਹਦੀ ਪ੍ਰਾਪਤੀ ਵਾਸਤੇ, ਤਾਂ ਵਾਹਿਗੁਰੂ ਨੇ ਆਪ ਮਿਹਰ ਕਰ ਦਿੱਤੀ ਹੈ, ਹੁਣ ਸਾਡੇ ਮਨ ਨੂੰ ਮੋਹ ਲਿਆ, ਆਪਣੇ ਵੱਲ ਲਾ ਲਿਆ। ਦੁਬਿਧਾ ਸਹਿਜ ਸਮਾਏ, ਕਾਮਣ ਵਰ ਪਾਏ, ਗੁਰਮਤੀ ਰੰਗ ਲਾਏ। ਗੁਰੂ ਸਾਹਿਬ ਦੀ ਸਿੱਖਿਆ ਜਿਹੜੀ ਮਿਲੀ ਸੀ ਮੈਨੂੰ ਕਥਾ ਦੇ ਰਾਹੀਂ, ਗੁਰਬਾਣੀ ਰਾਹੀਂ, ਪ੍ਰੇਮ ਲਾ ਕੇ ਗੁਰੂ ਸਾਹਿਬ ਦੀ ਸਿੱਖਿਆ ਵਿੱਚ, ਉਹ ਸਿੱਖਿਆ ਨੂੰ ਪਹਿਲਾਂ ਸੁਣਿਆ, ਫਿਰ ਸਮਝਿਆ, ਚੰਗੀ ਲੱਗੀ, ਉਹਦੇ ਮੁਤਾਬਕ ਮੈਂ ਆਪਣੇ ਜੀਵਨ ਨੂੰ ਢਾਲ ਲਿਆ। ਜਦੋਂ ਮੈਂ ਉਹਦੇ ਮੁਤਾਬਕ ਆਪਣਾ ਜੀਵ ਆਤਮਾ ਲਾ ਲਿਆ, ਬਹੁਤਾ ਪ੍ਰੇਮ ਲਗਾ ਕੇ ਬੈਠਾ ਪਰਮਾਤਮਾ ਵਿੱਚ, ਮੇਰੀ ਦੁਬਿਧਾ ਸਹਿਜੇ ਹੀ ਖਤਮ ਹੋ ਗਈ। ਦੁਬਿਧਾ ਦੇ ਅਭਾਵ ਹੋਣ ਨਾਲ ਜੀਵ ਰੂਪ ਇਸਤਰੀ ਨੇ ਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਅਸਲੀਅਤ ਵਿੱਚ ਜਿਹੜੀ ਵੱਡੀ ਰੁਕਾਵਟ ਹੈ, ਮਹਾਰਾਜ ਕਹਿੰਦੇ ਉਹ ਦੁਬਿਧਾ ਹੈ। ਮਨ ਦੇ ਅੰਦਰ ਹਉਮੈ ਤੇ ਦੁਬਿਧਾ ਦਾ ਆ ਜਾਣਾ ਹੀ ਪਰਮਾਤਮਾ ਨਾਲੋਂ ਤੋੜਨਾ, ਕਿਉਂਕਿ ਸਰੀਰ ਜਿਹੜਾ ਹੈ ਇੰਨਾ ਹਲੇ ਅੱਛਾ ਨਹੀਂ, ਪ੍ਰਾਪਤੀ ਤੋਂ ਬਾਅਦ ਤਾਂ ਕਿਰਪਾ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹੋ ਸਰੀਰ ਕੂੜ ਕੁਸੱਤ ਭਰਿਆ, ਗਲ ਤਾਂ ਹੀ ਪਾਪ ਕਮਾਇਆ। ਇਹ ਜਿਹੜਾ ਸਾਡਾ ਸਰੀਰ ਹੈ, ਸੋ ਇਹ ਤਾਂ ਪਹਿਲਾਂ ਹੀ ਗਲ ਤੱਕ ਝੂਠ ਤੇ ਕੁਸੱਤ ਦੇ ਨਾਲ ਭਰਿਆ ਪਿਆ, ਕੁਹਾਠ ਦੇ ਨਾਲ ਭਰਿਆ ਪਿਆ ਹੈ, ਅਤੇ ਉੱਤੋਂ ਅਸੀਂ ਹੋਰ ਪਾਪ ਕਰੀ ਜਾ ਰਹੇ ਹਾਂ। ਪਿਛਲੇ ਜਨਮਾਂ ਦੇ ਕਿਹੜੇ ਥੋੜੇ ਕੀਤੇ ਪਾਪ ਜਿਹੜੇ ਹੁਣ ਲੋੜ ਪੈ ਗਈ ਸੀ? ਪਿਛਲੇ ਜਨਮਾਂ ਵਿੱਚ ਵੀ ਤਾਂ ਬਹੁਤ ਪਾਪ ਕਰਕੇ ਇੱਥੇ ਆਏ ਹਾਂ। ਉਹ ਤਾਂ ਕੁਦਰਤੀ ਇੱਕ ਪੁੰਨ ਇਕੱਠੇ ਹੋ ਗਏ, ਮਨੁੱਖਾ ਜਨਮ ਮਿਲ ਗਿਆ, ਪਰ ਪਿਛਲੇ ਜਨਮਾਂ ਦੇ ਪਾਪ ਗਲ ਤੱਕ ਪਹਿਲਾਂ ਹੀ ਭਰੇ ਪਏ ਨੇ। ਫਿਰ ਵੀ ਉਹਨਾਂ ਨੇ ਤਰਸ ਕਰਕੇ ਸਾਨੂੰ ਮਨੁੱਖਾ ਜਨਮ ਦਿੱਤਾ, ਗੁਰਸੰਗਤ ਦਿੱਤੀ। ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੈ, ਬਿਨ ਭਗਤੀ ਮੈਲ ਨਾ ਜਾਏ। ਹੁਣ ਕਹਿੰਦੇ ਨੇ ਗੁਰਾਂ ਦੁਆਰੇ ਭਗਤੀ ਕਰੇ, ਆਪਣੇ ਆਪ ਨਾ ਕਰੇ। ਆਪੇ ਫਿਰ ਕਈ ਵਾਰ ਅੜਿੱਕਾ ਪੈ ਜੇ, ਕੋਈ ਕੱਢ ਨਹੀਂ ਸਕਦਾ ਉਹਨੂੰ, ਫਿਰ ਗੁਰੂ ਸਾਹਿਬ ਦੀ ਸਹਾਇਤਾ ਹੀ ਲੈਣੀ ਪੈਂਦੀ ਹੈ। ਇਸੇ ਕਰਕੇ ਕਹਿੰਦੇ ਨੇ ਪਹਿਲਾਂ ਕੋਸ਼ਿਸ਼ ਕਰੇ ਕਿ ਗੁਰੂ ਵਾਲਾ ਬਣ ਜਾਵੇ, ਫਿਰ ਗੁਰਾਂ ਦੁਆਰੇ ਭਗਤੀ ਕਰੇ, ਜਿਸ ਕਰਕੇ ਸ਼ਾਂਤੀਦਾਇਕ ਧੁਨੀ ਅੰਦਰ ਪ੍ਰਗਟ ਹੁੰਦੀ ਹੈ ਬਾਣੀ ਦੀ। ਕਿਉਂਕਿ ਭਗਤੀ ਕੀਤੇ ਬਗੈਰ ਮਨ ਦੇ ਅੰਦਰੋਂ ਰਾਗ ਅਤੇ ਦਵੈਸ਼, ਈਰਖਾ, ਪਾਪਾਂ ਦੀ ਮੈਲ ਜਾਂਦੀ ਨਹੀਂ। ਭਗਤੀ ਹੀ ਇਹਨਾਂ ਮੈਲ ਨੂੰ ਦੂਰ ਕਰਦੀ ਇੱਥੋਂ ਦੀ ਨੂੰ।
ਨਾਨਕ ਕਾਮਣ ਪਿਰਹ ਪਿਆਰੀ ਵਿੱਚੋਂ ਆਪ ਗਵਾਏ। ਗੁਰੂ ਨਾਨਕ ਦੇਵ ਗੁਰੂ ਅਮਰਦਾਸ ਜੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਨੇ ਕਿ ਉਹ ਜਿਹੜੀ ਕਾਮਣ ਜੀਵ ਰੂਪ ਇਸਤਰੀ ਆ ਪਤੀ ਪਰਮਾਤਮਾ ਨੂੰ ਪਿਆਰੀ ਲੱਗਦੀ ਆ, ਜਿਹਨੇ ਹਿਰਦੇ ਵਿੱਚੋਂ ਆਪਾ ਭਾਵ ਹੰਕਾਰ ਨੂੰ ਗਵਾਇਆ, ਉਹ ਇੱਕ ਬੜੀ ਉੱਚੀ ਅਵਸਥਾ ਹੁੰਦੀ ਹੈ ਦਵੈਸ਼ ਗਵਾ ਲੈਣ। ਜਿਸ ਬੰਦੇ ਅੰਦਰ ਦਵੈਸ਼ ਦੁਬਧਾ ਈਰਖਾ ਹਉਮੈ ਆ ਗਈ, ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ, ਕਿਉਂਕਿ ਪਰਮਾਤਮਾ ਉਹਨਾਂ ਨੂੰ ਪਸੰਦ ਨਹੀਂ ਕਰਦੇ, ਚੰਗਾ ਨਹੀਂ ਮੰਨਦੇ ਕਿ ਬੰਦਾ ਮੇਰੀ ਬਣਾਈ ਹੋਈ ਖਲਕਤ ਨਾਲ ਈਰਖਾ ਕਰਦਾ। ਕਾਮਣ ਪਿਰ ਪਾਇਆ ਜੀਉ ਗੁਰ ਕੈ ਭਾਏ ਪਿਆਰੇ, ਉਹ ਕਾਮਣੀ ਨੇ ਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਜਿਹਨੇ ਪਿਆਰੇ ਗੁਰਾਂ ਵਿੱਚ ਪ੍ਰੇਮ ਕੀਤਾ। ਗੁਰੂ ਸਾਹਿਬ ਨਾਲ ਪ੍ਰੇਮ ਕਰਨਾ, ਜਿੱਥੇ ਪ੍ਰੇਮ ਹੁੰਦਾ ਆਪਾਂ ਨੂੰ ਪਤਾ ਹੀ ਹੈ ਪ੍ਰੇਮ ਭਾਵਨਾ ਕੀ ਚੀਜ਼ ਹੈ। ਜਿੱਥੇ ਪ੍ਰੇਮ ਨਹੀਂ ਹੁੰਦਾ ਉੱਥੇ ਸਾਡਾ ਕੰਮ ਚੱਲਵਾਂ ਜਿਹਾ ਹੁੰਦਾ, ਜਿੱਥੇ ਪ੍ਰੇਮ ਭਾਵਨਾ ਹੁੰਦੀ ਹੈ ਉੱਥੇ ਆਪਾਂ ਪ੍ਰੇਮ ਭਾਵਨਾ ਦਿਖਾਉਣੀ। ਗੁਰੂ ਸਾਹਿਬ ਨੂੰ ਪ੍ਰੇਮ ਭਾਵਨਾ ਦਿਖਾਉਣੀ ਹੈ, ਕਿੰਨਾ ਕੁ ਪਿਆਰ ਹੈ ਤੇਰਾ ਮੇਰੇ ਨਾਲ, ਸਤਿਗੁਰੂ ਇਹ ਦੇਖਣਾ ਚਾਹੁੰਦੇ ਨੇ। ਸਤਿਗੁਰੂ ਫਿਰ ਕਦੇ ਦੁੱਖ ਦਿੰਦੇ ਨੇ, ਕਦੇ ਸੁੱਖ ਦਿੰਦੇ ਨੇ, ਕਦੇ ਗਰੀਬੀ ਦਿੰਦੇ ਨੇ, ਕਦੇ ਅਮੀਰੀ ਦਿੰਦੇ ਨੇ। ਜੇ ਉਹ ਇਹਨਾਂ ਚੀਜ਼ਾਂ ਨੂੰ ਭਾਣਾ ਮੰਨ ਕੇ ਸਹਿ ਗਿਆ ਫਿਰ ਗੁਰੂ ਸਾਹਿਬ ਸਮਝਦੇ ਇਹ ਟੁੱਟਿਆ ਨਹੀਂ ਹੈ, ਇਹਦਾ ਪਿਆਰ ਹੈ। ਜੇ ਮਾੜੀ ਜਿਹੀ ਦੁੱਖ ਆ ਗਿਆ ਉੱਥੇ ਛੱਡ ਛੱਡ ਕੇ ਦੌੜ ਗਿਆ ਫਿਰ ਸਤਿਗੁਰੂ ਕਹਿੰਦੇ ਨਹੀਂ ਇਹ ਬੰਦਾ ਕਾਮਯਾਬ ਨਹੀਂ। ਸਿੱਖੀ ਉਹ ਹੈ ਕਿ ਜਿੱਥੇ ਇੱਕ ਵਾਰ ਖੜ ਗਿਆ ਫਿਰ ਭਾਵੇਂ ਛੋਲੇ ਚਬਾਵੇ, ਭਾਵੇਂ ਤੀਜੇ ਦਿਨ ਰੋਟੀ ਖਾਣ ਨੂੰ ਮਿਲੇ, ਉਹਨੂੰ ਸਿੱਖੀ ਕਹਿੰਦੇ ਨੇ ਛੱਡ ਕੇ ਨਹੀਂ ਜਾਊਂਗਾ ਤੈਨੂੰ, ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ ਆਨ ਨਾ ਬੀਆ ਤੇਰੀ ਸਮਸਰ। ਭਗਤ ਰਵਿਦਾਸ ਜੀ ਕਹਿੰਦੇ ਨੇ ਚਰਨ ਨਾ ਛੱਡੋ ਸਰੀਰ ਕੱਲ ਜਾਈ, ਕਹਿੰਦੇ ਹੁਣ ਭਾਵੇਂ ਸਰੀਰ ਮੇਰਾ ਨਾਸ ਹੋ ਜਾਏ ਪਰ ਤੇਰੇ ਚਰਨ ਨਹੀਂ ਛੱਡਾਂਗਾ। ਭਗਤ ਨਾਮਦੇਵ ਜੀ ਨੂੰ ਕਹਿਣ ਲੱਗੇ ਤੁਸੀਂ ਰਾਮ ਰਾਮ ਛੱਡ ਕੇ ਅੱਲਾ ਦਾ ਜਾਪ ਕਰ ਲਓ। ਭਗਤ ਨਾਮਦੇਵ ਜੀ ਕਹਿਣ ਲੱਗੇ ਹੁਣ ਭਾਵੇਂ ਮੈਨੂੰ ਮਾਰ ਦਿਓ, ਪਿੰਡ ਪੜਾ ਤਾਂ ਹਰ ਗੁਣ ਗਾਊਂ, ਭਾਵੇਂ ਮੇਰਾ ਸਰੀਰ ਧਰਤੀ ਉੱਤੇ ਡਿੱਗ ਪੜੇ ਪਰ ਗਾਊਂਗਾ ਤੈਨੂੰ। ਜਿੰਨੀ ਭਗਤੀ ਦੇ ਵਿੱਚ ਮਹਾਰਾਜ ਕਹਿੰਦੇ ਪਰਪੱਕਤਾ ਹੋਵੇ ਉਨੇ ਹੀ ਪਰਮਾਤਮਾ ਖੁਸ਼ ਹੁੰਦੇ ਨੇ। ਰਹਿਣ ਸੁੱਖ ਸੁੱਤੀ ਜੀਉ ਅੰਤਰ ਉਰ ਧਾਰੇ, ਉਹ ਜੀਵ ਰੂਪ ਇਸਤਰੀ ਉਮਰ ਰੂਪੀ ਰਾਤ ਵਿੱਚ ਸੁੱਖ ਪੂਰਵਕ ਸੌਂਦੀ ਹੈ, ਸ਼ਾਂਤੀ ਦੀ ਨੀਂਦ ਆ ਜਾਂਦੀ ਉਹਨੂੰ ਜਿਹਨੇ ਹਿਰਦੇ ਅੰਦਰ ਵਾਹਿਗੁਰੂ ਨੂੰ ਧਾਰਿਆ। ਵਾਹਿਗੁਰੂ ਤੋਂ ਬਿਨਾਂ ਬਾਕੀ ਤਾਂ ਆਪਣੇ ਹਿਰਦੇ 'ਚ ਸਾਰਾ ਕੁਛ ਹੀ ਵਸਿਆ ਹੋਇਆ, ਉਹ ਜਿੰਨਾ ਕੁਝ ਵਸਿਆ ਹੋਇਆ ਉਹੀ ਆ ਗਲ ਤਾਈਂ ਪਾਪ ਕਮਾਏ। ਉਹ ਕਹਿੰਦੇ ਭਰਿਆ ਪਿਆ ਅੰਦਰ ਗੰਦਗੀ ਦੇ ਨਾਲ, ਇਸੇ ਕਰਕੇ ਅੰਦਰ ਸੁੱਖ ਸ਼ਾਂਤੀ ਨਹੀਂ ਹੈ। ਮਹਾਰਾਜ ਕਹਿੰਦੇ ਅੰਦਰਲੀ ਗੰਦਗੀ ਨੂੰ ਕੱਢ ਕੇ ਬਾਹਰ ਮਾਰੋ ਅਤੇ ਅੰਦਰ ਵਾਹਿਗੁਰੂ ਨੂੰ ਇਕੱਲੇ ਨੂੰ ਵਸਾ ਲਓ, ਬਾਕੀ ਚੀਜ਼ਾਂ ਲੋੜ ਹੀ ਨਹੀਂ ਪੈਣੀ ਆਪਾਂ ਨੂੰ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ, ਸਿੱਧਾਂ ਨੇ ਕਿਹਾ ਕਿ ਤੁਸੀਂ ਸ਼ਿਵਜੀ ਨੂੰ ਮੰਨੋ, ਤੁਸੀਂ ਬ੍ਰਹਮਾ ਨੂੰ ਮੰਨੋ, ਵਿਸ਼ਨੂੰ ਨੂੰ ਮੰਨੋ, ਸੋ ਇਸ ਕਰਕੇ ਪਾਰਵਤੀ ਨੂੰ ਮੰਨੋ, ਇਸੇ ਦੇ ਨਾਲ ਮਾਇਆ ਨੂੰ ਮੰਨੋ, ਲਕਸ਼ਮੀ ਨੂੰ, ਅਸੀਂ ਸਰਸਤੀ ਨੂੰ ਵੀ ਮੰਨਦੇ ਹਾਂ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਚਨ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਗੁਰੂ ਹੀ ਮੇਰਾ ਈਸ਼ਰ ਸ਼ਿਵਜੀ ਹੈ, ਅਕਾਲ ਪੁਰਖ ਹੀ ਮੇਰਾ ਸ਼ਿਵਜੀ ਹੈ, ਅਕਾਲ ਪੁਰਖ ਹੀ ਮੇਰਾ ਬ੍ਰਹਮਾ ਹੈ, ਅਕਾਲ ਪੁਰਖ ਹੀ ਮੇਰਾ ਸੋ ਇਸੇ ਪ੍ਰਕਾਰ ਵਿਸ਼ਨੂੰ ਹੈ, ਅਕਾਲ ਪੁਰਖ ਹੀ ਮੇਰੀ ਪਾਰਵਤੀ ਹੈ, ਅਕਾਲ ਪੁਰਖ ਹੀ ਮੇਰੀ ਸਰਸਤੀ ਹੈ, ਸੋ ਅਕਾਲ ਪੁਰਖ ਹੀ ਮੇਰਾ ਜੋ ਲਕਸ਼ਮੀ ਹੈ। ਜਿੱਥੇ ਅਕਾਲ ਪੁਰਖ ਆ ਗਏ ਉੱਥੇ ਹੋਰ ਚੀਜ਼ ਨੂੰ ਮੰਨਣ ਦੀ ਮੈਨੂੰ ਕੀ ਲੋੜ ਹੈ, ਜਿੱਥੇ ਮੈਂ ਉਹਦਾ ਨਾਮ ਲੈ ਲਿਆ ਉੱਥੇ ਇਹ ਚੀਜ਼ਾਂ ਸੁਭਾਵਿਕ ਹੀ ਆ ਜਾਣੀਆਂ ਨੇ, ਇਹ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਮੈਨੂੰ ਪ੍ਰਾਪਤ ਹੋ ਜਾਣੀਆਂ। ਅੰਦਰ ਉਰ ਧਾਰੇ ਮਿਲੀਐ ਪਿਆਰੇ ਆਂਦਿਨ ਦੁੱਖ ਨਿਵਾਰੇ, ਸੋ ਗੁਰ ਉਪਦੇਸ਼ ਨੂੰ ਹਿਰਦੇ ਅੰਦਰ ਧਾਰ ਕੇ ਪਿਆਰੇ ਪਰਮਾਤਮਾ ਨਾਲ ਮਿਲਣਾ ਕਰੀਏ। ਜਿਹੜੇ ਉਹਦੇ ਨਾਲ ਮਿਲੇ ਨੇ ਉਹਨਾਂ ਨੇ ਰਾਤ ਦਿਨ ਦੇ ਦੁੱਖ ਨਿਵਿਰਤ ਕਰ ਲਏ ਨੇ। ਅੰਤਰ ਉਰ ਧਾਰੇ ਮਿਲੀਐ ਪਿਆਰੇ ਆਂਦਿਨ ਦੁੱਖ ਨਿਵਾਰੇ, ਸੋ ਦੁੱਖ ਨਹੀਂ ਦੁੱਖ ਨਿਵਾਰੇ ਪਾਠ। ਅੰਤਰ ਮਹਿਲ ਪਿਰ ਰਾਵੇ ਕਾਮਣ ਗੁਰਮਤੀ ਵਿਚਾਰੇ,
ਜਿਨ੍ਹਾਂ ਨੇ ਗੁਰਮਤ ਲਈ ਪਹਿਲਾਂ ਗੁਰਸਿੱਖਿਆ ਲੈ ਕੇ ਫਿਰ ਉਹਦੀ ਵਿਚਾਰ ਦੁਆਰਾ ਕਾਮਣੀ ਨੂੰ ਚਾਹੀਦਾ ਕਿ ਮਹਿਲ ਹੁੰਦਾ ਅੰਤਹਿਕਰਨ। ਅੰਤਹਿਕਰਨ ਦੇ ਅੰਦਰ ਪੀਰੀ ਨੂੰ ਰਾਵਣਾ ਕਰੇ, ਅੰਦਰ ਹੀ ਪਰਮਾਤਮਾ ਹੈ। ਬਹੁਤ ਸੌਖਾ ਕੰਮ ਹੈ, ਜੇ ਅੰਦਰ ਹੈ ਤਾਂ ਬਾਹਰੋਂ ਕਿਤੋਂ ਲੈਣ ਨਹੀਂ ਜਾਣਾ, ਕਿਤੋਂ ਲੱਭਣ ਨਹੀਂ ਜਾਣਾ। ਮਹਾਰਾਜ ਕਹਿੰਦੇ ਅੰਦਰ ਹੀ ਬੈਠਾ ਤਾਂ ਫਿਰ ਕਿੰਨਾ ਸੌਖਾ ਕੰਮ ਹੈ। 24 ਘੰਟੇ ਅੰਦਰ ਹੀ ਬੈਠਾ, ਸੁੱਤੇ ਪਏ, ਲੰਮੇ ਪਏ, ਬੈਠੇ, ਉੱਠਦੇ, ਜਾਗਦੇ, ਸੌਂਦੇ, ਖਾਂਦੇ, ਪੀਂਦੇ, ਹਰ ਵਕਤ ਆਪਣੇ ਆਤਮਕ ਸਰੂਪ ਦਾ ਧਿਆਨ ਧਰ ਕੇ ਵਾਹਿਗੁਰੂ ਕਹੀ ਜਾਓ, ਮੇਰੇ ਅੰਦਰ ਹੈ ਵਾਹਿਗੁਰੂ। ਵਾਹਿਗੁਰੂ ਆਪਣੇ ਅੰਦਰ ਵੀ ਹੈ, ਵਾਹਿਗੁਰੂ ਬਾਹਰ ਵੀ ਹੈ। ਇਸ ਤਰ੍ਹਾਂ ਜਾਣ ਕੇ ਉਹਦਾ ਅਭਿਆਸ ਕਰਦਿਆਂ ਕਰਦਿਆਂ ਉਹ ਵਾਹਿਗੁਰੂ ਹਿਰਦੇ 'ਚ ਨਜ਼ਰ ਆਉਣ ਲੱਗ ਜਾਂਦੇ ਨੇ। ਜਦੋਂ ਹਿਰਦੇ ਅੰਦਰ ਦਿਖੇ ਤਾਂ ਬਾਹਰ ਵੀ ਨਜ਼ਰ ਆਉਣ ਲੱਗ ਪਏ। ਫਿਰ ਇਸ ਤਰ੍ਹਾਂ ਹੀ ਉਹਦੀ ਪ੍ਰਾਪਤੀ ਹੋ ਜਾਂਦੀ ਜੀਵ ਨੂੰ। ਅੰਮ੍ਰਿਤ ਨਾਮ ਪੀਆ ਦਿਨ ਰਾਤੀ ਦੁਬਿਧਾ ਮਾਰ ਨਿਵਾਰੇ। ਜਿਹਨੇ ਰਾਤ ਦਿਨ ਨਾਮ ਅੰਮ੍ਰਿਤ ਦਾ ਜਪਣ ਰੂਪ ਪੀਣਾ ਕੀਤਾ, ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਪਰ ਦੱਖ ਵੀ ਮੂੰਹ ਵਿੱਚ ਮਿੱਠਾ ਰਸ ਆ ਜਾਂਦਾ, ਬਾਣੀ ਪੜ੍ਹਨ ਲਾਲ ਰਸ ਆਉਂਦਾ, ਚਿਮ ਚਿਮ ਵਰਸਾ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਉਹਨੇ ਮਾਰਨੇ ਯੋਗ ਦੁਬਿਧਾ ਨੂੰ ਨਿਵਿਰਤ ਕਰ ਦਿੱਤਾ। ਜਿਹਨੇ ਨਾਮ ਅੰਮ੍ਰਿਤ ਪੀਤਾ ਹੈ, ਅਭਿਆਸ ਕੀਤਾ ਹੈ, ਨਾਨਕ ਸੱਚ ਮਿਲੀ ਸੋ ਹਾਗਣ ਗੁਰ ਕੈ ਹੇਤ ਅਪਾਰੇ। ਮਹਾਰਾਜ ਕਥਨ ਕਰਦੇ ਨੇ ਗੁਰਾਂ ਵਿੱਚ ਅਪਾਰੇ ਹੇਤ, ਹੇਤ ਹੁੰਦਾ ਪ੍ਰੇਮ, ਅਪਾਰ ਹੁੰਦਾ ਬੇਅੰਤ, ਹੇਤ ਅਪਾਰੇ। ਅਪਾਰੇ ਹੇਤ ਕੀਤਾ ਜਿਹਨੇ ਬੇਅੰਤ ਬੇਅੰਤ ਪਿਆਰ ਕੀਤਾ ਹੈ, ਧਾਰ ਕੇ ਹਿਰਦੇ ਚ ਪਿਆਰ ਨੂੰ, ਉਹ ਸੁਹਾਗਣ ਜਿਹੜੀ ਹੈ ਸੱਚੇ ਪ੍ਰਮਾਤਮਾ ਨੂੰ ਮਿਲੀ ਹੈ। ਉਹਨੇ ਜਿਹਨੇ ਬਹੁਤਾ ਹੀ ਪਿਆਰ ਕੀਤਾ, ਹੋਰ ਪਿਆਰ ਦੁਨੀਆਂ ਦੇ ਛੱਡ ਦਿੱਤੇ, ਜਿਹਨੇ ਸਿਰਫ ਇੱਕ ਤੇਰੇ ਨਾਲ ਪਿਆਰ ਪਾਇਆ। ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਾਪਤ ਆਇਓ। ਮਹਾਰਾਜ ਕਹਿੰਦੇ ਨੇ ਇੱਕ ਪਤੀ ਪ੍ਰਮਾਤਮਾ ਵਿੱਚ ਹੀ ਪਿਆਰ ਪਾਇਆ, ਬਾਕੀ ਸਭ ਝੂਠਾ ਜਾਣ ਲਿਆ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤੇ ਹੁਣ ਪੱਲੇ ਤੈਂਡੇ ਲਾਗੀ, ਹੁਣ ਮੈਂ ਤੇਰੇ ਪੱਲੇ ਲਾਗੀ ਹਾਂ, ਹੋਰ ਮੈਂ ਸਾਰਾ ਕੁਝ ਝੂਠ ਜਾਣ ਲਿਆ। ਕੋਈ ਚੀਜ਼ ਜਿਹੜੀ ਹੈ ਉਹ ਸੱਚੀ ਨਹੀਂ, ਹੱਬੇ ਸਾਕ ਕੂੜਾਵੇ ਡਿੱਠ। ਜਿੰਨੇ ਸਾਕ ਸੰਬੰਧੀ ਰਿਸ਼ਤੇਦਾਰ ਦੋਸਤ ਮਿੱਤਰ ਪਦਾਰਥ ਨੇ ਇਹਨਾਂ ਨੇ ਮੈਨੂੰ ਅੰਤ ਨੂੰ ਧੋਖਾ ਦੇ ਜਾਣਾ, ਮੈਂ ਤੈਨੂੰ ਸੱਚਾ ਜਾਣਿਆ, ਤੇਰੇ ਨਾਲ ਹੀ ਜੁੜਿਆ। ਆਵਹੋ ਦਇਆ ਕਰੇ ਜੀਓ ਪ੍ਰੀਤਮ ਅਤ ਪਿਆਰੇ। ਇਹ ਮੇਰੇ ਅਤਿਅੰਤ ਪਿਆਰੇ ਪ੍ਰੀਤਮ ਵਾਹਿਗੁਰੂ, ਦਇਆ ਕਰਕੇ ਮੇਰੇ ਹਿਰਦੇ ਘਰ ਵਿੱਚ ਆਵੋ, ਪ੍ਰਗਟ ਹੋਵੋ। ਕਾਮਣ ਬਿਨਾ ਕਰੇ ਜੀਉ ਸਬਚ ਸ਼ਬਦ ਸਿੰਗਾਰੇ। ਸੱਚੇ ਗੁਰਾਂ ਦਾ ਜਿਹੜਾ ਸ਼ਬਦ ਤੋਂ ਭਾਵ ਹੁੰਦਾ, ਉਪਦੇਸ਼ ਰੂਪੀ ਸ਼ਿੰਗਾਰ ਕਰਕੇ ਮੈਂ ਜੀਵ ਰੂਪੀ ਇਸਤਰੀ ਬੇਨਤੀ ਕਰਦੀ ਕਿ ਤੁਸੀਂ ਮੇਰੇ ਘਰ 'ਚ ਆ ਜਾਓ। ਮੈਂ ਉਪਦੇਸ਼ ਦਾ ਸ਼ਿੰਗਾਰ ਕੀਤਾ ਜੀਵ ਇਸਤਰੀ ਨੇ। ਇੱਕ ਸਰੀਰ ਦੇ ਉੱਪਰਲੇ ਸ਼ਿੰਗਾਰ ਹੁੰਦੇ ਨੇ, ਪਤੀ ਦੀ ਪ੍ਰਸੰਨਤਾ ਲਈ ਇਸਤਰੀਆਂ ਕਰਦੀਆਂ ਨੇ। ਸਰੀਰ ਦੇ ਉੱਪਰੀ ਸ਼ਿੰਗਾਰ ਵਿਕਾਰ ਪੈਦਾ ਕਰ ਦਿੰਦੇ ਨੇ ਮਨ 'ਚ। ਸਤਿਗੁਰੂ ਕਹਿੰਦੇ ਨੇ ਗੁਰਸਿੱਖ ਨੂੰ ਸ਼ਬਦ ਦਾ ਸ਼ਿੰਗਾਰ ਕਰਨਾ ਚਾਹੀਦਾ, ਉਪਦੇਸ਼ ਲੈ ਕੇ ਉਸੇ ਦਾ ਹੀ ਸ਼ਿੰਗਾਰ ਕਰੋ। ਸ਼ਿੰਗਾਰ ਕਰਕੇ ਪਰਮਾਤਮਾ ਅੱਗੇ ਬੇਨਤੀ ਕਰੋ ਕਿ ਹੁਣ ਮੇਰੇ ਹਿਰਦੇ ਰੂਪ ਘਰ 'ਚ ਆ ਜਾਓ, ਮੈਂ ਸ਼ਬਦ ਦਾ ਸ਼ਿੰਗਾਰ ਕਰ ਲਿਆ। ਸੱਚ ਸ਼ਬਦ ਸਿੰਗਾਰੇ ਹਉਮੈ ਮਾਰੇ ਗੁਰਮੁਖ ਕਾਰਜ ਸਵਾਰੇ। ਸੱਚੇ ਉਪਦੇਸ਼ ਰੂਪੀ ਸ਼ਿੰਗਾਰ ਨੂੰ ਕਰਕੇ ਹੰਗਤਾ ਮਮਤਾ ਨੂੰ ਮਾਰ ਨਾ ਕਰੇ ਪਹਿਲਾਂ, ਅਤੇ ਗੁਰਾਂ ਦੁਆਰੇ ਮੁਕਤੀ ਰੂਪੀ ਕਾਰਜ ਨੂੰ ਸਵਾਰੇ। ਫਿਰ ਸੱਚੇ ਉਪਦੇਸ਼ ਰੂਪੀ ਸ਼ਿੰਗਾਰ ਨੂੰ ਕਰਕੇ ਉਪਦੇਸ਼ ਨੂੰ ਲੈ ਕੇ ਨਿਮਰਤਾ 'ਚ ਆਉਣਾ ਬਹੁਤ ਔਖਾ ਹੁੰਦਾ। ਇੱਜ਼ਤ ਬਣੀ ਹੁੰਦੀ ਚਾਰੇ ਪਾਸੇ, ਪੈਸੇ ਵਾਲਾ ਬੰਦਾ ਬਹੁਤ ਕੁਛ ਹੈ ਜਿਹਦੇ ਕੋਲੇ, ਉਹਨੂੰ ਜੋੜੇ ਝਾੜਨੇ ਬਹੁਤ ਔਖੇ ਹੋ ਜਾਂਦੇ ਨੇ, ਜੂਠੇ ਭਾਂਡੇ ਚੱਕਣੇ ਬਹੁਤ ਔਖੇ ਹੋ ਜਾਂਦੇ ਨੇ, ਝਾੜੂ ਮਾਰਨਾ ਔਖਾ ਹੋ ਜਾਂਦਾ ਉਹਦੇ ਲਈ, ਕਿਉਂਕਿ ਮੇਰੀ ਚਾਰੇ ਪਾਸੇ ਇੱਜ਼ਤ ਹੈ, ਲੋਕ ਕੀ ਕਹਿਣਗੇ, ਕੀ ਕਰਦਾ ਫਿਰਦਾ ਤੂੰ। ਹੁਣ ਮੈਂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ। ਸੋ ਇਸ ਕਰਕੇ ਜਦੋਂ ਮਾਇਆ ਇਕੱਠੀ ਕਰਨੀ ਸ਼ੁਰੂ ਕੀਤੀ ਸੀ ਜ਼ਿੰਦਗੀ 'ਚ, ਉਦੋਂ ਕੀ ਹਾਲਾਤ ਸੀ? ਆਇਆ ਸੀ ਇੱਥੇ ਦੁਨੀਆਂ ਜਦੋਂ ਕਹਿੰਦੇ $8 ਸੀ ਕੋਲੇ, ਆ ਕੇ ਪਹਿਲਾਂ ਹੋਟਲ 'ਚ ਜੂਠੇ ਭਾਂਡੇ ਹੀ ਮਾਂਜੇ ਸੀ, ਰੈਸਟੋਰੈਂਟਾਂ 'ਚ ਕੰਮ ਕੀਤਾ ਸੀ ਪਹਿਲਾਂ ਛੋਟੇ ਛੋਟੇ ਕੰਮ ਹੀ ਕੀਤੇ ਸੀ, ਆ ਕੇ ਲੋਕਾਂ ਦੇ ਟੈਚੀ ਚੁੱਕ ਚੁੱਕ ਕੇ ਟੈਕਸੀਆਂ 'ਚ ਰੱਖਣੇ, ਇਹ ਕਿਹੜਾ ਫਿਰ ਵੱਡੀ ਗੱਲ ਹੋ ਗਈ ਸੀ? ਅੱਜ ਕੀ ਹੋ ਗਿਆ ਜੇ 4 ਪੈਸੇ ਆ ਗਏ? ਮਾਇਆ ਕਮਾਉਣ ਲਈ ਨਿਮਰਤਾ ਦਿਖਾ ਸਕਦਾ, ਪਰਮੇਸ਼ਰ ਦੀ ਪ੍ਰਾਪਤੀ ਲਈ ਨਹੀਂ ਨਿਮਰਤਾ ਆ ਸਕਦੀ ਤੇਰੇ 'ਚ।
ਜਦੋਂ ਉਸ ਪਾਸੇ ਨੂੰ ਸ਼ੁਰੂਆਤ ਕਰਨੀ ਤਾਂ ਨਿਮਰਤਾ ਲਿਆਉਣੀ ਪੈਣੀ ਆਪਣੇ ਅੰਦਰ। ਸੰਗਤ ਦੇ ਜੋੜੇ ਝਾੜਨੇ ਵਧੀਆ ਹੁੰਦੇ ਨੇ। ਲੋਕ ਇੱਥੇ ਲੀਡਰਾਂ ਦੀਆਂ ਚੱਪਲਾਂ ਚੱਕੀ ਜਾਂਦੇ ਨੇ, ਉਹਨਾਂ ਜੋੜੇ ਝਾੜੀ ਜਾਂਦੇ ਨੇ, ਅਤੇ ਰਾਜਸੀ ਸੱਤਾ ਦੀ ਪ੍ਰਾਪਤੀ ਲਈ, ਪੈਸੇ ਲਈ। ਕੀ ਤੂੰ ਰੱਬ ਦੀ ਪ੍ਰਾਪਤੀ ਲਈ ਜੋੜੇ ਨਹੀਂ ਝਾੜ ਸਕਦਾ? ਕੀ ਤੂੰ ਭਾਂਡੇ ਨਹੀਂ ਝੂਠੇ ਮਾਣ ਸਕਦਾ? ਝਾੜੂ ਨਹੀਂ ਦੇ ਸਕਦਾ? ਗੁਰੂ ਘਰ 'ਚ ਸਫਾਈ ਨਹੀਂ ਕਰ ਸਕਦਾ? ਲੋਕ ਵੋਟਾਂ ਵਾਸਤੇ ਇੰਨੇ ਇੰਨੇ ਰੁਪਈਏ ਇਕੱਠੇ ਕਰਕੇ ਭੇਜਦੇ ਨੇ, ਕੀ ਤੂੰ ਦਸਵੰਧ ਕੱਢ ਕੇ ਗੁਰੂ ਘਰਾਂ ਦੀ ਸੇਵਾ ਨਹੀਂ ਕਰ ਸਕਦਾ? ਕੀ ਲੰਗਰ ਨਹੀਂ ਕਰ ਸਕਦਾ? ਇਹ ਚੀਜ਼ਾਂ ਵਿਚਾਰਨ ਵਾਲੀਆਂ ਹੁੰਦੀਆਂ। ਜਦੋਂ ਤਾਂ ਆਪਦਾ ਮਤਲਬ ਹੁੰਦਾ, ਵਿਆਹ ਸ਼ਾਦੀਆਂ 'ਚ ਕਹਿਣਗੇ ਇੱਜ਼ਤ ਦਾ ਸਵਾਲ ਹੈ, ਸ਼ਰਾਬ ਘਟਣੀ ਨਹੀਂ ਚਾਹੀਦੀ, ਜਿੰਨਾ ਮਰਜ਼ੀ ਪੈਸਾ ਲੱਗ ਜੇ, ਜਿੰਨੇ ਮਰਜ਼ੀ ਪੈਸਾ ਲੱਗ ਜੇ, ਆਏ ਗਏ ਨੂੰ ਖਵਾਉਣਾ ਪਿਆਉਣਾ ਤਕੜਾ, ਸਾਡੀ ਇੱਜ਼ਤ ਬਣਨੀ ਦੁਨੀਆਂ 'ਚ, ਅਤੇ ਪਰਲੋਕ 'ਚ ਕੀ ਬਣਨੀ? ਪਰਲੋਕ 'ਚ ਤਾਂ ਇੱਜ਼ਤ ਹੀ ਨਹੀਂ ਬਣਨੀ ਉਹਦੇ ਨਾਲ, ਉੱਥੇ ਤਾਂ ਬਦਨਾਮੀ ਖੱਟੀ ਜਾਣੀ। ਜਦੋਂ ਆਪਾਂ ਹੋਰ ਪੁੱਠੇ ਕੰਮਾਂ ਲਈ ਕਹਿੰਦੇ ਦਿਲ ਖੋਲ੍ਹ ਕੇ ਪੈਸਾ ਖਰਚਦੇ ਹਾਂ, ਜਦੋਂ ਗੁਰੂ ਘਰ ਵੱਲ ਨੂੰ ਮਨ ਆਉਂਦਾ ਉਦੋਂ ਸੁੰਗੜ ਜਾਂਦਾ ਮਨ। ਮਹਾਰਾਜ ਬਾਣੀ 'ਚ ਲਿਖਦੇ ਨੇ ਉਹ ਹਰ ਕੇ ਅਰਥ ਖਰਚਣਾ ਸੱਕ ਹੈ, ਕਿਉਂਕਿ ਉਹਨਾਂ ਦੇ ਕਰਮਾਂ 'ਚ ਲਿਖਿਆ ਹੀ ਨਹੀਂ ਉਹਦਾ ਹਰੀ ਦੇ ਅਰਥ ਖਰਚਣਾ। ਗਲਤ ਕੰਮਾਂ ਦੇ ਅਰਥ ਖਰਚਣਾ ਤਾਂ ਕਰ ਦਿੰਦੇ ਨੇ, ਪਰ ਚੰਗੇ ਪਾਸੇ ਨੂੰ ਖਰਚਾ ਕਰਨਾ ਜਿਹੜਾ ਉਹ ਦਿਲ ਘਟਾ ਦਿੰਦਾ ਬੰਦੇ ਦਾ। ਇਸ ਕਰਕੇ ਸਤਿਗੁਰੂ ਕਹਿੰਦੇ ਹਉਮੈ ਨੂੰ ਮਾਰਨਾ ਹੈ, ਸ਼ਬਦ ਦੇ ਰਾਹੀਂ ਸ਼ਿੰਗਾਰ ਕਰਨਾ ਹੈ, ਅਤੇ ਗੁਰਾਂ ਦੁਆਰੇ ਮੁਕਤੀ ਰੂਪੀ ਕਾਰਜ ਨੂੰ ਸਵਾਰਨਾ। ਜੁਗ ਜੁਗ ਏਕੋ ਸੱਚਾ ਸੋਈ ਬੂਝੈ ਗੁਰ ਵਿਚਾਰੇ। ਜੁਗਾਂ ਜੁਗਾਂ ਵਿੱਚ ਜੋ ਇੱਕ ਸੱਚਾ ਪਰਮਾਤਮਾ ਹੈ ਉਹਨੂੰ ਗੁਰਾਂ ਦੇ ਵਿਚਾਰ ਦੁਆਰਾ ਸਮਝਣਾ ਕਰੇ ਪਹਿਲਾਂ। ਉਹ ਵਾਹਿਗੁਰੂ ਜੁਗਾਂ ਜੁਗਾਂ ਵਿੱਚ ਹੈ। ਯੁੱਗ ਤਾਂ ਬਣੇ ਨੇ ਜੇ ਧਰਤੀਆਂ ਤਾਰੇ ਚੰਦਰਮਾ ਸਤਾਰੇ ਸਭ ਕੁਝ ਬਣਿਆ। ਧਰਤੀ ਬਣੀ ਤਾਂ ਯੁੱਗ ਬਣੇ, ਸਮਾਂ ਬਣਿਆ, ਮਨੁੱਖ ਬਣੇ, ਟਾਈਮ ਬਣਿਆ। ਜਦੋਂ ਇਹ ਧਰਤੀ ਨਹੀਂ ਸੀ, ਤਾਰੇ ਸਤਾਰੇ ਚੰਦਰਮਾ ਕੁਛ ਵੀ ਨਹੀਂ, ਜਦੋਂ ਇੱਕੋ ਇੱਕ ਵਾਹਿਗੁਰੂ ਆਪ ਹੀ ਸੀ ਸ੍ਰਿਸ਼ਟੀ 'ਤੇ, ਸ੍ਰਿਸ਼ਟੀ ਭਾਵ ਨਹੀਂ ਸੀ, ਇਕੱਲਾ ਹੀ ਇਕੱਲਾ ਸੀ। ਮਹਾਰਾਜ ਕਹਿੰਦੇ ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ, ਜਬ ਧਾਰੀ ਆਪਣ ਸੁਨ ਸਮਾਦ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਜਦੋਂ ਇੱਕੋ ਇੱਕ ਆਪ ਹੀ ਸੀ ਨਿਰੰਕਾਰ ਵਾਹਿਗੁਰੂ, ਸੋ ਉਦੋਂ ਯੁੱਗ ਕਿੱਥੇ ਸੀ? ਉਦੋਂ ਤਾਂ ਹੈ ਹੀ ਨਹੀਂ ਸੀ। ਧਰਤੀ ਬਣੀ, ਹੌਲੀ ਹੌਲੀ ਯੁੱਗ ਬਣੇ। ਮਨਮੁਖ ਕਾਮ ਵਿਆਪੀ, ਮੋਹੇ ਸੰਤਾਪੀ, ਕਿਸ ਆਗੈ ਜਾਏ ਪੁਕਾਰੇ। ਹੁਣ ਮਨਮੁਖ ਇਸਤਰੀ ਕਾਮਦੇਵ ਆਦਿਕ ਵਿਕਾਰਾਂ ਵਿੱਚ ਵਿਆਪੀ ਹੋਈ ਹੈ, ਅਤੇ ਮੋਹ ਦੀ ਸੰਤਾਪੀ ਹੁੰਦੀ, ਪੀੜਤ ਹੋਈ ਹੋਈ ਹੈ, ਕਿਹਦੇ ਅੱਗੇ ਜਾ ਕੇ ਪੁਕਾਰ ਨਾ ਕਰੇ। ਨਾਨਕ ਮਨਮੁਖ ਥਾਉ ਨਾ ਪਾਏ, ਬਿਨ ਗੁਰ ਅਤ ਪਿਆਰੇ। ਸਤਿਗੁਰੂ ਕਥਨ ਕਰਦੇ ਨੇ ਗੁਰਾਂ ਵਿੱਚ ਅਤਿਅੰਤ ਪਿਆਰ ਕੀਤੇ ਤੋਂ ਬਿਨਾਂ ਮਨਮੁਖ ਇਸਤਰੀ ਅੰਦਰ ਜਿਹੜਾ ਸਾਡਾ ਸਰੂਪ ਹੈ ਆਤਮਾ, ਉੱਥੇ ਤੱਕ ਜਾ ਨਹੀਂ ਸਕਦੀ ਜਦ ਤੱਕ ਗੁਰੂ ਸਾਹਿਬ ਨਾਲ ਪਿਆਰ ਨਹੀਂ ਪੈਂਦਾ। ਸੋ ਇਹ ਪਾਠੀ ਸਿੰਘ ਜਿਹੜੇ ਪਾਠ ਕਰਦਾ, ਕੋਈ ਸਹਿਜ ਪਾਠ ਅਖੰਡ ਪਾਠ ਕਰਦਾ, ਉਹ ਧਿਆਨ ਦੇਣ ਇਸ ਗੱਲ ਵੱਲ। ਇੱਥੇ ਇਕੱਠਾ ਇੱਕਦਮ ਨਹੀਂ ਬੋਲਣਾ ਕਿ ਨਾਨਕ ਮਨਮੁਖ ਥਾਉ ਨਾ ਪਾਏ, ਨਾਨਕ ਤੇ ਵਿਸ਼ਰਾਮ ਲਾ ਕੇ ਜਾਣਾ, ਨਾਨਕ ਮਨਮੁਖ ਥਾਉ ਨਾ ਪਾਏ, ਕਿਉਂਕਿ ਨਾਨਕ ਅੱਖਰ ਮਨਮੁਖ ਇਕੱਠੇ ਨਹੀਂ ਕਰਨੇ, ਅਲੱਗ ਅਲੱਗ ਨੇ। ਨਾਨਕ ਮਨਮੁਖ ਥਾਉ ਨਾ ਪਾਏ, ਬਿਨ ਗੁਰਤ ਪਿਆਰੇ। ਮੁੰਦ ਅਣੀ ਭੋਲੀ ਨਿਗੁਣੀਆਂ ਜੀਓ, ਫਿਰ ਅਗਮ ਅਪਾਰਾ, ਆਪੇ ਮੇਲ ਮਿਲੀਆ ਜੀਓ, ਆਪੇ ਬਖਸ਼ਣ ਹਾਰਾ। ਇਹ ਜਗਿਆਸੂ ਰੂਪ ਮੁੰਦ ਇਸਤਰੀ ਜਿਹੜੀ ਹੈ ਇਆਣੀ ਹੈ। ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨਾ ਭਾਵੈ, ਕਰਨ ਪਲਾਹ ਕਰੇ ਬਹੁ ਤੇਰੇ ਸਾ ਧਨ ਮਹਿਲ ਨਾ ਭਾਵੈ। ਇਆਣੀ ਹੁੰਦੀ ਅਗਿਆਤ, ਭੋਲੇ ਸੁਭਾਅ ਵਾਲੀ, ਸ਼ੁਭ ਗੁਣਾਂ ਤੋਂ ਰਹਿਤ, ਤੇ ਪਤੀ ਪਰਮਾਤਮਾ ਦਾ ਜੋ ਹੈ ਉਹਦਾ ਪਰਮਾਤਮਾ ਪਤੀ ਜਿਹਦੀ ਉਹ ਪ੍ਰਾਪਤੀ ਚਾਹੁੰਦੀ ਉਹ ਹੈਗਾ ਅਗਮ ਅਪਾਰਾ, ਅਪਹੁੰਚ ਹੈ ਤੇ ਬੇਅੰਤ ਤੋਂ ਬੇਅੰਤ ਹੈ। ਉਹਦਾ ਮਿਲਾਪ ਇਹ ਭੋਲੀ ਨੂੰ ਕਿਵੇਂ ਹੋ ਜੇ? ਇਹਨੂੰ ਚੱਜ ਤਾਂ ਹੈ ਨਹੀਂ ਕਿਸੇ ਗੱਲ ਦਾ। ਇਹਨੂੰ ਤਾਂ ਇਹ ਨਹੀਂ ਪਤਾ ਕਿ ਕਿਰਿਆ ਕਰਕੇ ਕੋਈ ਕਿਸੇ ਪ੍ਰਕਾਰ ਹੱਥ ਕਿਵੇਂ ਧੋਣੇ ਨੇ, ਇਹਨੂੰ ਤਾਂ ਇਹ ਨਹੀਂ ਪਤਾ ਰੋਟੀ ਕਿਵੇਂ ਖਾਣੀ ਹੈ, ਇਹਨੂੰ ਤਾਂ ਕਿਸੇ ਗੱਲ ਦਾ ਚੱਜ ਨਹੀਂ ਹੈ। ਇਹਨੂੰ ਸੰਗਤ ਵਿੱਚ ਬਿਠਾ ਕੇ ਕਹਿਣੀ ਬਹਿਣੀ ਰਹਿਣੀ ਸਹਿਣੀ ਸਿਖਾਉਣੀ ਪੈਣੀ ਹੈ। ਇਹਨੂੰ ਤਾਂ ਕਿਸੇ ਗੱਲ ਦਾ ਗਿਆਨ ਨਹੀਂ, ਹਰੇਕ ਗੱਲ ਦੇ ਵਿੱਚ ਹੀ ਅਣਜਾਣਪੁਣੇ 'ਚ ਹੀ ਹੈ। ਸੋ ਆਪ ਹੀ ਜੀ ਨੂੰ ਕਿਰਪਾ ਕਰਦਾ, ਆਪੇ ਮੇਲ ਮਿਲੀ ਹੈ ਜੀਓ, ਆਪੇ ਬਖਸ਼ਣ ਹਾਰਾ। ਆਪ ਹੀ ਜੀ ਨੂੰ ਸਤਸੰਗਤ ਦੇ ਵਿੱਚ ਮਿਲਾਉਂਦਾ, ਪਹਿਲਾਂ ਸਤਸੰਗਤ ਵਿੱਚ ਆ ਕੇ ਫਿਰ ਗੁਰੂ ਸਾਹਿਬ ਦੇ ਮੇਲ ਨਾਲ ਮਿਲਾਉਂਦਾ, ਉਹਨੂੰ ਆਪੇ ਹੀ ਬਖਸ਼ਣ ਵਾਲਾ ਹੈ। ਫਿਰ ਵਾਹਿਗੁਰੂ ਨੂੰ ਬਿਠਾ ਕੇ ਸੰਗਤ ਵਿੱਚ ਗੁਰੂ ਉਪਦੇਸ਼ ਦੇ ਕੇ ਉਹਦੀ ਘਾੜਤ ਘੜਦਾ।
ਸੋ ਜਿਸ ਪ੍ਰਕਾਰ ਬੰਦੇ ਦੀ ਜ਼ਿੰਦਗੀ ਜੇ ਜਨਮ ਤੋਂ ਲੈ ਕੇ ਜੰਗਲ ਵਿੱਚ ਛੱਡਦੀ ਹੈ ਜਾਨਵਰ ਜਿਹਾ ਹੀ ਬਣ ਜੇ। ਸੋ ਇਸ ਤਰ੍ਹਾਂ ਦੇ ਕਈ ਬੰਦੇ ਮਿਲੇ ਜੇ ਬਚਪਨ ਤੋਂ ਲੈ ਕੇ ਜੰਗਲਾਂ 'ਚ ਰਹੇ ਨੇ ਉਹ ਜਾਨਵਰ ਜਿਹਾ ਬਣ ਜਾਂਦੇ ਨੇ ਉਹ। ਮਹਾਰਾਜ ਕਹਿੰਦੇ ਨੇ ਬਿਨ ਸੰਗਤੀ ਸਭ ਐਸੇ ਰਹਾ ਹੈ ਜੈਸੇ ਪਾਸਟ ਹੋਰ। ਸੰਗਤ ਤੋਂ ਬਿਨਾਂ ਬੰਦੇ ਦਾ ਜੀਵਨ ਪਸ਼ੂਆਂ ਦੀ ਨਿਆਈ ਸਤਿਗੁਰੂ ਕਹਿੰਦੇ ਬਤੀਤ ਹੁੰਦਾ, ਸੋਝੀ ਨਹੀਂ ਪੈ ਸਕਦੀ ਅੰਤਰਾਤਮੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਵਾਹਿਗੁਰੂ ਆਪ ਹੀ ਬਖਸ਼ਣ ਵਾਲਾ ਇਹਨੂੰ। ਅਵਗਣ ਬਖਸ਼ਣ ਹਾਰਾ ਕਾਮਣ ਕੰਤ ਪਿਆਰਾ ਘਟ ਘਟ ਰਹਿਆ ਸਮਾਈ। ਪਿਆਰਾ ਜੋ ਕੰਤਪਤੀ ਪਰਮਾਤਮਾ ਹੈ ਉਹ ਕਾਮਣ ਜਿਹੜੀ ਇਸਤਰੀ ਹੈ ਇਸਤਰੀਆਂ ਦੇ ਅਵਗੁਣਾਂ ਨੂੰ ਬਖਸ਼ਣ ਵਾਲਾ ਅਤੇ ਸਾਰੇ ਘਟਾਂ ਘਟਾਂ ਵਿੱਚ ਸਮਾ ਰਿਹਾ, ਕਿਉਂਕਿ ਬਖਸ਼ੀ ਲੈਂਦਾ ਉਹਨੂੰ ਪਤਾ ਇਹਨਾਂ ਦੇ ਵੱਸ ਕੁਛ ਨਹੀਂ ਹੈ, ਗਲਤੀਆਂ ਕਰੀ ਜਾਂਦੇ ਨਿਆਣਾ ਹੈ। ਮਾਂ ਬਾਪ ਕਿੰਨਾ ਬਖਸ਼ਦੇ ਬਚਪਨ ਤੋਂ ਲੈ ਕੇ ਵੱਡਾ ਹੋਣ ਤੱਕ, ਬੱਚੇ ਦੀਆਂ ਗਲਤੀਆਂ ਗਿਣੀਆਂ ਤਾਂ ਕਰੋੜਾਂ ਤੱਕ ਚਲੀਆਂ ਜਾਣ, ਬਹੁਤ ਗਲਤੀਆਂ ਕਰਦੇ ਪਰ ਮਾਂ ਬਾਪ ਐਸੇ ਹੁੰਦੇ ਨੇ ਬਖਸ਼ ਲੈਂਦੇ ਨੇ, ਕੁਛ ਨਹੀਂ ਕਹਿੰਦੇ, ਚੱਲ ਕੋਈ ਨਹੀਂ ਨਿਆਣਾ। ਅਕਾਲ ਪੁਰਖ ਵਾਹਿਗੁਰੂ ਵੀ ਆਪਾਂ ਨੂੰ ਬਖਸ਼ ਲੈਂਦੇ, ਉਹਨੂੰ ਪਤਾ ਇਹਦੀ ਮੱਤ ਹੀ ਇੰਨੀ ਕੁ ਮੰਦੀ ਮੱਤ ਹੈ ਵਿਚਾਰੇ ਦੀ, ਕੀ ਕਰੀਏ। ਜਿਵੇਂ ਕਈ ਬੱਚੇ ਵਿਕਲਾਂਗ ਹੁੰਦੇ ਨੇ, ਸੋ ਹੈਂਡੀਕੈਪ ਜੇ ਬੱਚੇ ਆ ਉਹਦਾ ਗੁੱਸਾ ਹੀ ਨਹੀਂ ਕਰਦਾ ਕੋਈ, ਹੁਣ ਪਤਾ ਇਹ ਵਿਕਲਾਂਗ ਹੈ, ਠੀਕ ਆ ਅਸੀਂ ਬਾਹਰਲੇ ਪਾਸਿਓਂ ਦੇਖਣ ਨੂੰ ਠੀਕ ਹਾਂ ਪਰ ਅਸੀਂ ਮਨ ਕਰਕੇ ਵਿਕਲਾਂਗ ਹਾਂ, ਮਨ ਕਰਕੇ ਅਸੀਂ ਬਹੁਤੇ ਜ਼ਿਆਦਾ ਸਿਆਣੇ ਨਹੀਂ, ਸਾਨੂੰ ਸੋਝ ਹੀ ਨਹੀਂ ਹੈ। ਪ੍ਰੇਮ ਪ੍ਰੀਤ ਭਾਏ ਭਗਤੀ ਪਾਈ ਹੈ ਸਤਿਗੁਰ ਬੂਝ ਬੁਝਾਈ। ਪ੍ਰੇਮੀਆਂ ਵਿੱਚ ਜਿਸ ਦੀ ਪ੍ਰੀਤੀ ਹੈ ਉਹ ਪਰਮਾਤਮਾ ਭਾਏ ਭਗਤੀ ਹੁੰਦੀ, ਪ੍ਰੇਮਾ ਭਗਤੀ ਦੇ ਕਰਨ ਨਾਲ ਪਾਈਦਾ, ਜਿਸ ਪਰਮਾਤਮਾ ਦੀ ਪ੍ਰੇਮੀਆਂ ਵਿੱਚ ਪ੍ਰੀਤੀ ਹੈ। ਸੋ ਆਪਣੀ ਪ੍ਰੀਤ ਪਿਆਰਾ ਇਹ ਬੂਝ ਜਿਹੜੀ ਸਿੱਖਿਆ ਸਤਿਗੁਰਾਂ ਨੇ ਸਾਨੂੰ ਸਮਝਾਈ ਹੈ ਕਿ ਪਰਮਾਤਮਾ ਦੀ ਭਗਤੀ ਨਾ ਹੋਵੇ, ਸੇਵਾ ਨਾ ਹੋਵੇ, ਤੈਨੂੰ ਇੱਕ ਤਰੀਕਾ ਦੱਸਦੇ ਹਾਂ, ਉਹ ਪ੍ਰੇਮ ਵਾਲਿਆਂ ਨੂੰ ਬੜਾ ਪਸੰਦ ਕਰ, ਤੂੰ ਸਿਰਫ ਪ੍ਰੇਮ ਕਰੀ ਜਾਈ ਬਸ, ਹੋਰ ਨਹੀਂ ਕੁਛ ਆਉਂਦਾ, ਪਿਆਰ ਹੀ ਕਰ ਲਾ ਉਹਨੂੰ, ਪ੍ਰੇਮ ਚ ਇੰਨੇ ਕਹਿ ਦੇ। ਉਹ ਕਹਿੰਦਾ ਆਹ ਲੈ ਲਾ ਚੀਜ਼ਾਂ, ਨਿਆਣੇ ਵੀ ਐਂ ਕਰਦੇ ਨੇ, ਨਿਆਣਿਆਂ ਨੂੰ ਪਦਾਰਥ ਦੇਈ ਜਾਓ, ਖਾਣ ਨੂੰ ਰੋਟੀ ਦਿੰਦੀ ਮਾਂ, ਸਭ ਕੁਝ ਦਿੰਦਾ, ਕੱਪੜੇ ਲੀੜੇ ਉਹ ਕੀ ਨਹੀਂ ਦਿੰਦੀ, ਮਾਤਾ ਸਾਰੀ ਜ਼ਿੰਦਗੀ ਪਿਓ ਕਮਾ ਕਮਾ ਦਿੰਦਾ। ਹੁਣ ਜਿਹੜਾ ਬੱਚਾ ਕਹੇ ਵੀ ਪਦਾਰਥ ਦੇਈ ਜਾਓ ਬਸ, ਮਾਤਾ ਪਿਤਾ ਦਾ ਧੰਨਵਾਦ ਨਾ ਕਰੇ ਅਤੇ ਮਾਤਾ ਪਿਤਾ ਨੂੰ ਇੰਨਾ ਮਨਾ ਕਹੇ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਮੰਮੀ ਡੈਡੀ, ਤੁਸੀਂ ਮੇਰੇ ਲਈ ਬਹੁਤ ਕੁਛ ਕੀਤਾ। ਇੱਕ ਵਾਰੀ ਕਹਿ ਦੇਵੇ ਜ਼ਿੰਦਗੀ 'ਚ ਮਾਂ ਬਾਪ ਕੁਰਬਾਨ ਜਾਂਦੇ ਨੇ ਆਪਣੇ ਬੱਚੇ ਤੋਂ, ਸਾਡਾ ਬੱਚਾ ਸਾਨੂੰ ਬਹੁਤ ਪਿਆਰ ਕਰਦਾ। ਉਹਨਾਂ ਕੋਲ ਬੰਦਗੀ ਨਹੀਂ ਕੀਤੀ ਬੱਚੇ ਨੇ ਉਹਨਾਂ ਦੀ, ਸਿਰਫ ਇੰਨਾ ਕਿਹਾ ਮੈਂ ਤੁਹਾਨੂੰ ਪਿਆਰ ਕਰਦਾ ਬਹੁਤ। ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸਿੱਖਿਆ ਦਿੰਦੇ ਹੋਏ ਕਹਿੰਦੇ ਨੇ ਤੁਸੀਂ ਮੇਰੇ ਕੋਲ ਜ਼ਿੰਦਗੀ 'ਚ ਇੰਨਾ ਕੁਛ ਲਿਆ, ਦੇਹੀ ਲਈ ਮਨੁੱਖਾ, ਤੁਹਾਨੂੰ ਮੈਂ 84 ਦੇ ਗੇੜੇ 'ਚੋਂ ਭਟਕਦਿਆਂ ਹਾਂ ਨੂੰ ਕੱਢ ਕੇ ਮਨੁੱਖਾ ਦੇਹੀ ਦਿੱਤੀ, ਮਾਂ ਬਾਪ ਦਿੱਤੇ, ਘਰ ਬਾਰ ਦਿੱਤਾ, ਤੇਰਾ ਸਰੀਰ ਬਣਾਇਆ, ਅੰਗ ਪ੍ਰਤੰਗ ਦਿੱਤੇ ਨੇ, ਤੈਨੂੰ ਸਾਰਾ ਕੁਝ ਦਿੱਤਾ, ਕਦੇ ਤੂੰ ਮੈਨੂੰ ਪਿਆਰ ਕੀਤਾ? ਕਦੇ ਨਹੀਂ ਪਿਆਰ ਕੀਤਾ, ਕਦੇ ਤੂੰ ਇਹ ਨਹੀਂ ਸੋਚਿਆ ਕਿ ਮੈਂ ਗੁਰੂ ਸਾਹਿਬ ਨੂੰ ਚੌਲ ਕਰ ਲਾਂ, ਕਦੇ ਰੁਮਾਲਾ ਭੇਟਾ ਕਰਦਿਆਂ, ਕਦੇ ਲੰਗਰ ਹੀ ਕਰਦਿਆਂ, ਕਦੇ ਅਖੰਡ ਪਾਠ ਕਰਾਵਾਂ, ਦਸਵੰਧ ਕੱਢ ਕੇ ਹੋਰ ਕਾਰਜ ਕਰਦਿਆਂ। ਗੁਰੂ ਸਾਹਿਬ ਦੇ ਕੋਲ ਸੰਗਤ ਵਿੱਚ ਬਹਿਣਾ ਵੀ ਪਿਆਰ ਹੈ ਉਹਦਾ, ਗੁਰੂ ਸਾਹਿਬ ਦੇ ਕੋਲ ਬਹਿ ਕੇ ਜਪਜੀ ਸਾਹਿਬ ਦਾ ਪਾਠ ਕਦੇ ਸੁਣਾਇਆ ਹੋਵੇ, ਮੂਲ ਮੰਤਰ ਸੁਣਾਇਆ ਹੋਵੇ, ਮਹਾਰਾਜ ਜੀ ਤੇਰੀ ਕਿਰਪਾ ਨਾਲ ਸਭ ਕੁਛ ਪ੍ਰਾਪਤ ਕੀਤਾ, ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ ਦੇਹੋ ਦਰਸ ਹਰ ਰਾਇਆ। ਇੱਕ ਇੱਕ ਚੀਜ਼ ਆਪਾਂ ਰੱਬ ਦੀ ਕਿਰਪਾ ਨਾਲ ਪਾਈ ਹੈ, ਇੰਨੇ ਸੋਹਣੇ ਨੌਂ ਹੀ ਦੇਖ ਲਓ ਕਿੰਨੇ ਸੋਹਣੇ ਦਿੱਤੇ ਨੇ ਉਹਨੇ, ਜੇ ਨੌਂ ਕਿਸੇ ਦੇ ਖਰਾਬ ਜੇ ਹੋਣ ਕਿੱਡੇ ਭੈੜੇ ਲੱਗਦੇ ਆ, ਨੱਕ ਬਿੰਗਾ ਹੋਵੇ ਕਿਸੇ ਦਾ, ਅੱਖਾਂ 'ਚ ਟੀਰ ਹੋਵੇ ਕਿੱਡਾ ਭੈੜਾ ਲੱਗਦਾ, ਕੀ ਨਹੀਂ ਦਿੱਤਾ ਫੇਰ ਵੀ ਮਨੁੱਖ ਅਕਿਰਤ ਕਣ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੈਨੂੰ ਇੱਥੇ ਤੱਕ ਨਹੀਂ ਰੱਖਦਾ, ਮੈਂ ਤੈਨੂੰ ਪ੍ਰਲੋਕ ਵਿੱਚ ਵੀ ਤੇਰੀ ਸਹਾਇਤਾ ਕਰਾਂਗਾ, ਤੂੰ ਸਿਰਫ ਇੱਕ ਕੰਮ ਕਰਕੇ ਮੈਨੂੰ ਪਿਆਰ ਕਰ, ਮੇਰੇ ਪਦਾਰਥਾਂ ਦਿੱਤੀਆਂ ਹੋਇਆਂ ਨਾਲ ਤੂੰ ਬਹੁਤ ਪਿਆਰ ਕਰਦਾ ਪਰ ਮੈਨੂੰ ਕਦੇ ਵੀ ਪਿਆਰ ਨਹੀਂ ਕੀਤਾ, ਸਿਰਫ ਪਰਮਾਤਮਾ ਦਾ ਗਿਲਾ ਸ਼ਿਕਵਾ ਮਨੁੱਖ ਨਾਲ ਇਹੀ ਆ, ਇਹ ਮੈਨੂੰ ਪਿਆਰ ਨਹੀਂ ਕਰਦਾ, ਰਿਸ਼ਤੇਦਾਰਾਂ ਨੂੰ, ਸੰਬੰਧੀਆਂ, ਦੋਸਤਾਂ, ਮਿੱਤਰਾਂ ਨੂੰ, ਪਦਾਰਥਾਂ ਨੂੰ ਪ੍ਰੇਮ ਕਰਦਾ। ਮਹਾਰਾਜ ਕਹਿ ਰਹੇ ਸਿਰਫ ਇੱਕ ਪਿਆਰ ਦਾ ਭੁੱਖਾ, ਗੋਬਿੰਦ ਭਾਉ ਭਗਤ ਦਾ ਭੁੱਖਾ, ਸਦਾ ਆਨੰਦ ਰਹੇ ਦਿਨ ਰਾਤੀ, ਅੰਨ ਦਿਨ ਰਹੇ ਲਿਵਲਾਈ। ਉਹ ਜੀਵ ਰੂਪ ਇਸਤਰੀ ਦੀ ਨੇ ਜਿਹਨੇ ਰਾਤ ਸਦਾ ਆਨੰਦ 'ਚ ਹੀ ਆਪਣੀ ਜ਼ਿੰਦਗੀ ਬਤੀਤ ਕਰਤੀ ਹੈ, ਉਹਦਾ ਧਿਆਨ ਸਿਰਫ ਪਤੀ ਪਰਮਾਤਮਾ ਵਿੱਚ, ਇਹ ਸਤੀਆਂ ਦੀ ਗੱਲ ਹੈ।
ਸਤੀਆਂ ਐਸੀਆਂ ਕਿ ਆਪਣੇ ਪਤੀ ਤੋਂ ਬਿਨਾਂ ਹੋਰ ਵੱਲ ਧਿਆਨ ਵੀ ਨਹੀਂ ਗਿਆ ਕਦੇ। ਇਸ ਤਰ੍ਹਾਂ ਜੀਵ ਰੂਪ ਇਸਤਰੀਆਂ ਦਾ ਧਿਆਨ ਕਦੇ ਨਹੀਂ ਗਿਆ। ਇਸੇ ਕਰਕੇ ਜਿਹੜੀਆਂ ਸ੍ਰਿਸ਼ਟੀ ਤੇ ਸਤੀਆਂ ਹੋਈਆਂ ਨੇ ਹੁਣ ਤੱਕ, ਸਤੀ ਉਹ ਨਹੀਂ ਹੁੰਦੀ ਜਿਹੜੀ ਮੜੀਆਂ ਵਿੱਚ ਲੱਗ ਕੇ ਪਤੀ ਨਾਲ ਜਲ ਗਈਆਂ, ਉਹਦਾ ਨਾਮ ਇੱਥੇ ਸਤੀ ਨਹੀਂ ਹੈ। ਸਤੀਆਂ ਇਹਨਾਂ ਆਖੀਆਂ ਨੇ ਜੇ ਮੜੀਆਂ ਲੱਗ ਜਲਨ, ਸਤੀਆਂ ਸਹੀ ਨਾਨਕਾ ਜੇ ਬਿਰਹੋਂ ਚੋਟ ਮਰਨ। ਸੋ ਜਿਵੇਂ ਭਗਤ ਜੈਦੇਵ ਜੀ ਦੇ ਘਰੋਂ ਸੀਗੀ ਪਦਮਣੀ, ਉਹ ਸੁਣਦਿਆਂ ਸਾਰੀ ਚੜ੍ਹਾਈ ਕਰ ਗਈ ਸੀ, ਕਿਸੇ ਨੇ ਐਵੇਂ ਕਹਿਤਾ ਕਿ ਤੇਰਾ ਪਤੀ ਚੜ੍ਹਾਈ ਕਰ ਗਿਆ। ਸੋ ਇਸੇ ਪ੍ਰਕਾਰ ਸਤੀਆਂ ਵਿੱਚ ਜਿਹੜੀਆਂ ਆਉਂਦੀਆਂ ਨੇ, ਤਾਰਾ, ਦ੍ਰੋਪਦੀ, ਕੁਸ਼ਲਿਆ ਅਤੇ ਸੀਤਾ, ਇਹ ਸਤੀਆਂ 'ਚ ਆਉਂਦੀਆਂ ਪ੍ਰਾਣੀਆਂ 'ਚ। ਤਾਰਾ ਨੇ ਸੂਰਜ ਨਹੀਂ ਸੀ ਚੜ੍ਹਨ ਦਿੱਤਾ, ਇੰਨੀ ਪਾਵਰ ਹੋ ਜਾਂਦੀ ਹੈ ਸਤੀਆਂ ਦੇ ਵਿੱਚ। ਜਿਨ੍ਹਾਂ ਦੇ ਹਿਰਦੇ 'ਚ ਪਤੀ ਹੀ ਵੱਸਦਾ, ਦੂਜਾ ਵੱਸਦਾ ਹੀ ਨਹੀਂ। ਜਿਨ੍ਹਾਂ ਜਗਿਆਸੂਆਂ ਦੇ ਹਿਰਦੇ 'ਚ ਕੇਵਲ ਪਤੀ ਪਰਮਾਤਮਾ ਹੀ ਵੱਸਦਾ, ਹੋਰ ਕੋਈ ਵੱਸਦਾ ਹੀ ਨਹੀਂ, ਜੋ ਰਾਤ ਦਿਨ ਪਰਮਾਤਮਾ ਵਿੱਚ ਹੀ ਬਿਰਤੀ ਲਾ ਕੇ ਬੈਠੇ ਰਹਿੰਦੇ, ਇੱਕ ਤੂੰ ਹੀ ਨਜ਼ਰ ਆਉਣਾ, ਦੂਜਾ ਹੈ ਹੀ ਨਹੀਂ, ਕੋਈ ਹੋਰ ਨਹੀਂ ਮੈਨੂੰ ਦਿਖਦਾ। ਕੋਈ ਭਗਤ ਨਾਮਦੇਵ ਨੂੰ ਕੋਈ ਹੋਰ ਨਹੀਂ ਦਿਖਿਆ, ਭਾਈ ਘਨੱਈਏ ਨੂੰ ਕੋਈ ਹੋਰ ਦਿਖਿਆ ਨਹੀਂ। ਨਾਨਕ ਸਹਿਜੇ ਹਰ ਵਰ ਪਾਇਆ, ਸਾਤ ਅਨ ਨੌ ਨਿਧ ਪਾਈ। ਮਹਾਰਾਜ ਕਥਨ ਕਰਦੇ ਜੀ ਨੇ ਸਹਿਜੇ ਗਿਆਨ ਦੁਆਰਾ ਸੁਤੇ ਸਿੱਧੀ ਹਰੀ ਰੂਪ ਪਤੀ ਨੂੰ ਪਾਇਆ। ਉਹ ਧਨ ਤੋਂ ਭਾਵ ਇਸਤਰੀ ਨੇ ਨੌ ਨਿਧੀਆਂ ਪ੍ਰਾਪਤ ਕਰ ਲਈਆਂ ਨੇ।